ਹਾਂਜੀ ਦੋਸਤੋ, ਪੰਜਾਬ ਹੱਬ ਦੇਖ ਰਹੇ ਹੋ। ਹਰ ਰੋਜ਼ ਦੀ ਤਰ੍ਹਾਂ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਨਾਲ ਜੁੜੀਆਂ ਛੋਟੀਆਂ ਵੱਡੀਆਂ ਅਤੇ ਕੁਝ ਖਾਸ ਅਪਡੇਟਸ ਕਵਰ ਕਰਾਂਗੇ। ਮੰਡ ਦਾ ਗਾਣਾ ਰਿਲੀਜ਼ ਹੋਏਗਾ ਹਾਓ ਆਰ ਯੂ ਟਾਈਟਲ ਦੇ ਨਾਲ, ਇੰਸਟਾਗ੍ਰਾਮ ਰੀਲਸ 'ਤੇ ਔਲਰੇਡੀ ਅਵੇਲੇਬਲ ਹੋ ਚੁੱਕਿਆ ਹੈ। ਓਫੀਸ਼ੀਅਲ ਰਿਲੀਜ਼ ਵੀ ਛੇਤੀ ਕੀਤੀ ਜਾਵੇਗੀ ਗਾਣੇ ਦੀ। ਇਹਦੇ ਨਾਲ ਹੀ ਐਮੀ ਵਿਰਕ ਦੀ ਮਸ਼ਹੂਰ ਮੂਵੀ ਨਿੱਕਾ ਜੈਲਦਾਰ ਦੀ ਚੌਥੀ ਇੰਸਟਾਲਮੈਂਟ ਨਿੱਕਾ ਜੈਲਦਾਰ 4 ਰਿਲੀਜ਼ ਕੀਤੀ ਜਾਏਗੀ। ਐਮੀ ਵਿਰਕ ਸੋਨ ਬਾਜਵਾ ਸਟਾਰਰ ਮੂਵੀ ਦੋਸਤੋ ਅਨਾਊਂਸ ਕਰ ਦਿੱਤੀ ਗਈ ਹੈ। ਇਹ ਮੂਵੀ 27 ਸਤੰਬਰ 2024 ਨੂੰ ਰਿਲੀਜ਼ ਕੀਤੀ ਜਾਏਗੀ। ਇਸ ਨਾਲ ਹੀ ਪਰਮੀਸ਼ ਵਰਮਾ ਦੀ EP ਰਿਲੀਜ਼ ਹੋਏਗੀ ਵਾਈ ਹੇਟ ਟਾਈਟਲ ਦੇ ਨਾਲ ਕੱਲ੍ਹ, ਯਾਨੀ ਕਿ 15 ਫਰਵਰੀ ਨੂੰ। ਇਸ ਨਾਲ ਹੀ ਦੋਸਤੋ ਗੱਲਬਾਤ ਬਿੱਲਬੋਰਡ ਦੀ ਕਰਾਂਗੇ। ਜਿਵੇਂ ਕੱਲ੍ਹ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ ਸੀ ਕਿ ਸਿੱਧੂ ਅਤੇ AR ਪੈਸਲੀ ਦਾ ਡ੍ਰਿਪੀ ਗਾਣਾ ਗਲੋਬਲ ਐਕਸਕਲੂਸਿਵ US ਚਾਰਟ ਦੇ ਵਿੱਚ 152 ਨੰਬਰ ਦੇ ਉੱਤੇ ਰੈਂਕ ਹੋਇਆ ਹੈ। ਇੰਡੀਆ ਸੌਂਗ ਚਾਰਟ ਦੇ ਵਿੱਚ ਬਿੱਲਬੋਰਡ ਦੇ ਉੱਤੇ 4th ਨੰਬਰ ਦੇ ਉੱਤੇ ਰੈਂਕ ਹੋਇਆ ਹੈ। ਨਾਲ ਹੀ ਬਿੱਲਬੋਰਡ ਦੇ ਵੱਡੇ ਚਾਰਟ ਕੈਨੇਡੀਅਨ ਹੌਟ 100 ਦੇ ਵਿੱਚ ਵੀ ਇਹ ਗਾਣਾ ਜਿਹੜਾ ਉਹ 9ਵੇਂ ਨੰਬਰ ਦੇ ਉੱਤੇ ਰੈਂਕ ਹੋਇਆ ਹੈ, ਅਤੇ 9ਵੇਂ ਨੰਬਰ 'ਤੇ ਰੈਂਕ ਹੋਣ ਦੇ ਨਾਲ ਹੀ ਇਸ ਗਾਣੇ ਨੇ ਇੱਕ ਵੱਡਾ ਰਿਕਾਰਡ ਜਿਹੜਾ ਉਹ ਬ੍ਰੇਕ ਕੀਤਾ ਹੈ। ਇਸਦੇ ਬਾਰੇ ਦੋਸਤੋ ਬਿੱਲਬੋਰਡ ਕੈਨੇਡਾ ਦੇ ਓਫੀਸ਼ੀਅਲ ਇੰਸਟਾਗ੍ਰਾਮ ਦੇ ਉੱਤੇ ਵੀ ਇੱਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਗਈ। ਨਾਲ ਹੀ ਬਿੱਲਬੋਰਡ ਦੀ ਓਫੀਸ਼ੀਅਲ ਵੈਬਸਾਈਟ ਦੇ ਉੱਤੇ ਵੀ ਇੱਕ ਆਰਟੀਕਲ ਪੋਸਟ ਕੀਤਾ ਗਿਆ। ਇਹਦੇ ਨਾਲ ਦੋਸਤੋ ਅਰਜਨ ਢਿੱਲੋਂ ਦੀ ਚੋਬਰ ਐਲਬਮ ਰਿਲੀਜ਼ ਕੀਤੀ ਗਈ ਸੀ। ਚੋਬਰ ਐਲਬਮ ਨੇ ਵੀ ਬਿੱਲਬੋਰਡ ਦੇ ਉੱਤੇ ਜਗ੍ਹਾ ਬਣਾਈ ਹੈ ਕੈਨੇਡੀਅਨ ਐਲਬਮ ਚਾਰਟ ਦੇ ਵਿੱਚ। ਇਹ ਐਲਬਮ ਜਿਹੜੀ ਉਹ 10ਵੇਂ ਨੰਬਰ ਦੇ ਉੱਤੇ ਆਈ ਹੈ। ਜਾਣੀ ਕਿ ਦੋਸਤੋ ਕਿਤੇ ਨਾ ਕਿਤੇ ਅੰਦਾਜ਼ਾ ਲਾ ਸਕਦੇ ਹਾਂ ਕਿ ਆਪਾਂ ਪੰਜਾਬੀ ਗਾਣੇ ਇਸ ਸਮੇਂ ਗਲੋਬਲੀ ਕਿੰਨੇ ਸੁਣੇ ਜਾ ਰਹੇ ਹਨ, ਅਤੇ ਪੰਜਾਬੀ ਗਾਣਿਆਂ ਦੀ ਮਾਰਕੀਟ ਕਿੰਨੀ ਵਾਈਡਰ ਹੋ ਚੁੱਕੀ ਹੈ। ਇਹਦੇ ਨਾਲ ਹੀ ਦੋਸਤੋ ਡ੍ਰਿਪੀ ਗਾਣੇ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਸਿੱਧੂ ਦਾ ਕੋਈ ਨਾ ਕੋਈ ਹੋਰ ਸਰਪ੍ਰਾਈਜ਼ ਫਰਵਰੀ ਮਹੀਨੇ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਇਹਦੇ ਬਾਰੇ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ ਕਾਫੀ ਪੋਸਟਾਂ ਵਗੈਰਾ ਸ਼ੇਅਰ ਕੀਤੀਆਂ ਜਾ ਰਹੀਆਂ ਸੀ। ਕੱਲ੍ਹ ਦਾ ਇੱਕ ਸਕਰੀਨਸ਼ੋਟ ਜਿਹੜਾ ਉਹ ਇੱਕ ਫੈਨ ਪੇਜ ਤੋਂ ਵਾਇਰਲ ਹੋ ਰਿਹਾ ਹੈ, ਕਾਫੀ ਜਾਣੇ ਨੇ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਸ਼ੇਅਰ ਕੀਤਾ ਸੀ। ਜਾਣਕਾਰੀ ਲਈ ਦੱਸ ਦਈਏ ਕਿ ਉਹ ਜਿਹੜਾ ਸਕਰੀਨਸ਼ੋਟ ਸੀ ਉਹ ਓਲਡ ਸਕੂਲ ਗਾਣੇ ਦੀ ਵੀਡੀਓ ਦੀ ਐਡੀਟਿੰਗ ਟਾਈਮ ਦਾ ਹੈ, ਉਦੋਂ ਦੀ ਉਹ ਫੋਟੋ ਜਿਹੜੀ ਉਹ ਸ਼ੇਅਰ ਕੀਤੀ ਗਈ ਹੈ। ਬਾਕੀ ਇਹਦੇ ਨਾਲ ਹੀ ਇੱਕ ਹੋਰ ਅਪਡੇਟ ਸ਼ੇਅਰ ਕਰ ਦਈਏ। ਬਾਈ ਸਿੱਧੂ ਮੂਸੇਵਾਲੇ ਦੀ ਓਫੀਸ਼ੀਅਲ ਸਪੋਟੀਫਾਈ ਪ੍ਰੋਫਾਈਲ ਦੇ ਉੱਤੇ ਇੱਕ ਗਾਣਾ ਜਿਹੜਾ ਉਹ ਗਲਤ ਜਨਰੇਟ ਹੋਇਆ ਹੈ ਬੈਕ ਡੇਟ ਦੇ ਵਿੱਚ ਸਰਕਾਰੀ ਨੀ ਟਾਈਟਲ ਦੇ ਨਾਲ। ਬਾਈ ਸਿੱਧੂ ਮੂਸੇਵਾਲੇ ਬਾਈ ਦੇ ਵੱਲੋਂ ਸਰਕਾਰਾਂ ਦਾ ਵਿਰੋਧ ਕਰਦੇ ਹੋਏ ਲੰਬਾ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ ਦੇ ਉੱਤੇ ਇਹ ਵੀਡੀਓ ਜਿਹੜੀ ਉਹ ਸਟੋਰੀ ਦੇ ਵਿੱਚ ਸ਼ੇਅਰ ਕੀਤੀ ਗਈ ਸੀ, ਅਤੇ ਇਹ ਓਫੀਸ਼ੀਅਲੀ ਕਵੀਸ਼ਰੀ ਵੀ ਕਿਸੇ ਹੋਰ ਦੀ ਸਿੱਧੂ ਮੂਸੇਵਾਲੇ ਬਾਈ ਦੇ ਵੱਲੋਂ ਸਿਰਫ ਗਾ ਕੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਪਾਈ ਗਈ ਸੀ, ਅਤੇ ਉਸ ਕਲਿੱਪ ਦੇ ਵਿੱਚ ਮਿਊਜ਼ਿਕ ਲਾ ਕੇ ਕਾਫੀ ਜਾਣਿਆਂ ਵੱਲੋਂ ਇਸ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਅਤੇ ਕਿਹਾ ਜਾ ਰਿਹਾ ਹੈ ਕਿ ਬਾਈ ਸਿੱਧੂ ਦਾ ਇਹ ਕੋਈ ਨਾ ਕੋਈ ਲੀਕ ਗਾਣਾ ਹੈ। ਸੋ ਜੇਕਰ ਬਾਈ ਦੀ ਟੀਮ 'ਚੋਂ ਕੋਈ ਨਾ ਕੋਈ ਜਾਣਾ ਇਸ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਇਸ ਗਾਣੇ ਨੂੰ ਬਾਈ ਦੀ ਓਫੀਸ਼ੀਅਲ ਪ੍ਰੋਫਾਈਲ ਤੋਂ ਰਿਮੂਵ ਕਰਵਾ ਦਿੱਤਾ ਜਾਵੇ। ਬਾਕੀ ਮਿਊਜ਼ਿਕ ਇੰਡਸਟਰੀ ਦੇ ਹੋਰ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ।